वड्डी खबर सामने आ रही है पटियाला तो जिथे भयानक सड़क हादसा वापरिया ते रेसा लाउंदे होए दो ड्राइवरां दे वल्लों एक शख्स दा सिर धड़ नालों अलग कर दिता गया। सिर नाल ही लैके ए फरार हो गए। बीती रात यह हादसा वापरिया रेसा लाते हुए सके दो गड्डियां दरम्यान रेस लगी हुई सी। इस दौरान सड़क से जाते शख्स के उपर गड्डी चढ़ा दी गई जिसे चलते इन्नी बुरे तरीके दे नाल जख्मी होया कि उसका सिर और बॉडी अलग हो गए तो यह सिर लैके ही नाल उतों फरार हो गए। हाले तक जो मृतक है वह सिर लभ्या नहीं है। दस दी कि पटियाला के सौरिया होटल के नज़दीक यह हादसा वापरिया जिस शख्स की इस दे विच मौत हुई है वह साइकिल ते जा रहा सीगा अपने रस्ते। इस दौरान पिछे तो दो गड्डियां रेस लाते हुए आ रही सन ते जदो यह गड्डियां शख्स के कोल पहुंचियां तां उन्होंने उसके उपर गड्डी चढ़ा दी। एक गड्डी स्कॉर्पियो सीगी ते दूसरी बलैरो गड्डी सी। दोहां दे विच रेस लगी हुई सी जिस करके इन्होंने शख्स के उपर गड्डी चढ़ा दी। तो इस दौरान जो शख्स सीगा वह उत्थे उसकी मौत हो गई। सिर उसका शरीर नालों अलग हो गया तो हाले तक यह जो सिर है वह लभ्या नहीं है। खून के निशाना का जो पिछा करते हुए पुलिस अगे अगे गई है। जो मुलजम ने उन्हां दी भाल भी की जा रही है। दूजे पासे यह भी इल्जाम लगाए जा रहे हैं कि हाले तक जो मामला है वह दर्ज नहीं किया गया जबकि पुलिस सख्त कार्रवाई की गल कहती हुई नज़र आ रही है। तो कहा जा रहा है कि दोषियों नूं बख्शिया नहीं जाएगा। फिलहाल मुलजमान की भाल की जा रही है। तो यह बेहद हैरानीजनक मामला सामने आया जिथे एक शख्स जो साइकिल पर जा रहा सी एक हो पैलेस के विच ओह कॉफी बनाने का जो मजदूरी करता है कम करता है उसके उपर गड्डी चढ़ा दी गई बलैरो अते स्कॉर्पियो गड्डी के दरम्यान यह रेस लगी हुई सी। जदों साइकिल पर जाते शख्स के उपर गड्डी चढ़ा दी गई तो फिर उसका सिर भी नाल लै गए यह रेसर। तो हाले तक उस शख्स का जो सिर है वह लभ्या नहीं है। मुलजमान की भाल पुलिस वालों की जा रही है। सख्त कार्रवाई की गल कही जा रही है लेकिन जो मृतक है उसके परिवार के बेहद ज़्यादा रोस है क्योंकि बेकसूरा शख्स इन्हां दी रेस की भेट चढ़ गया तो इस कदर उसकी दर्दनाक मौत हो गई। ਉੱਥੋਂ ਪਿੱਛੋਂ ਦੋ ਗੱਡੀਆਂ ਆਈਆਂ ਨੇ ਤੇ ਉੱਥੇ ਇੱਕ ਐਸਾ ਪ੍ਰਾਗਰ ਗਾਰਡ ਦੱਸਦੇ ਜੀ ਬੈਠੇ ਆ ਜਿਹੜੇ ਉੱਥੇ ਦੇ ਜਿਹੜੇ ਗਾਰਡ ਨੇ ਜੀ ਉਹ ਕਹਿੰਦੇ ਅਸੀਂ ਸੀਸੀਟੀਵੀ ਕੈਮਰੇ ਦੀ ਫੋਟੋ ਵੀ ਤੁਹਾਨੂੰ ਦਵਾਂਗੇ ਸਾਰੀ ਕੱਢ ਕੇ ਜੀ ਤੇ ਸਾਡੀ ਗੱਲ ਸਾਰੀ ਗੱਲ ਉਹਨਾਂ ਨੇ ਦੇਖਿਆ ਜੀ ਵਾਰਦਾਤ ਪੂਰੀ ਤੇ ਉੱਥੇ ਜੋ ਹੋਇਆ ਜੀ ਉਹਨ ਬੰਦੇ ਨੇ ਦੇਖਿਆ ਜੀ ਇਹ ਬੰਦਾ ਜਾਣਦਾ ਜੀ ਬਹੁਤ ਭਿਆਨਕ ਐਕਸੀਡੈਂਟ ਹੋਇਆ ਜੀ ਸਾਨੂੰ ਸਿਰਫ ਧੜ ਲੱਭਿਆ ਉਹਦਾ ਧੜ ਵੀ ਜਾਣੀ ਕਿ ਸਾਨੂੰ ਰਜਿੰਦਰਾ ਹੋਸਪਿਟਲ ਇੱਕ ਵਜੇ ਸਾਨੂੰ ਘਰ ਪਤਾ ਲੱਗਿਆ ਜੀ ਅਸੀਂ ਇੱਕ ਵਜੇ ਅਸੀਂ ਰਜਿੰਦਰਾ ਗਏ ਉਸ ਤੋਂ ਬਾਅਦ ਅਸੀਂ ਆਏ ਜੀ ਉੱਥੇ ਗਰਦਨ ਲੱਭਣੀ ਨਹੀਂ ਧੜ ਤੁਹਾਨੂੰ ਲੱਭਿਆ ਕਿ ਹਸਪਤਾਲ ਸੀ ਉਹ ਹਸਪਤਾਲ 'ਚ ਪਹਿਲਾਂ ਪਹੁੰਚ ਗਏ ਜੀ ਅੱਛਾ ਮੁਲਾਜ਼ਮ ਗਏ ਆ ਜੀ ਇੱਥੋਂ ਠੀਕ ਹੈ ਗਰਦਨ ਨਹੀਂ ਮਿਲੀ ਹਜੇ ਗਰਦਨ ਨਹੀਂ ਮਿਲੀ ਸਾਨੂੰ ਅਸੀਂ ਰਹੇ ਆ ਗੱਡੀ ਦਾ ਜੀ ਗੱਡੀ ਅਸੀਂ ਰਾਤੀ ਜਦ 2:30 ਵਜੇ ਅਸੀਂ ਘੁੰਮ ਰਹੇ ਸੀ ਮੈਂ ਰਾਤੀ ਬੱਚਿਆਂ ਨੂੰ ਕਹਿ ਰਿਹਾ ਸੀ ਵੀ ਆ ਗੱਡੀ ਤਿਰਪੜੀ ਵੱਲ ਮੁੜੀ ਆ ਜੀ ਅੱਛਾ ਤੇ ਉਹੀ ਗੱਲ ਆ ਜੀ ਚਲੋ ਉਸ ਟਾਈਮ ਅਸੀਂ ਗੌਰ ਨਹੀਂ ਕੀਤੀ ਤੇ ਸਵੇਰੇ ਅਸੀਂ ਜਦ ਦੇਖਿਆ ਫਿਰ ਦੁਆਰੇ ਆ ਕੇ ਜੀ ਉਹੀ ਗੱਲ ਹੈ ਜੀ ਅਸੀਂ ਦੇਖਦਾ ਤਾਂ ਮੜੀਆ ਜਿਹੜੀ ਤਿਰਪੜੀ ਜੀ ਬਿਲਕੁਲ ਦੇ ਸਾਹਮਣੇ ਗੱਡੀ ਜਾ ਰਹੀ ਹੈ ਸਰ ਉਹਦੇ ਅੰਦਰ ਜਾ ਕੇ ਜੀ 50 ਕਿਲੋਮੀਟਰ ਮਰਦੇ ਸੈਂਟੀਮੀਟਰ ਜੋ ਵੀ ਲਗਾ ਲਓ ਖੱਬੇ ਹੱਥ ਗਲੀ 'ਚ ਜਾ ਕੇ ਪਲਾਟ ਦੇ ਵਿੱਚ ਗੱਡੀ ਖੜਾ ਕੇ ਜੀ ਕੱਪੜਾ ਪਾਇਆ ਜੀ ਅੱਛਾ ਤੇ ਉੱਥੋਂ ਦੀ ਕੈਮਰੇ ਜਿੱਥੇ ਗੱਡੀ ਖੜਾਈ ਗਈ ਉਹਨਾਂ ਦੇ ਘਰ ਦੇ ਸਾਹਮਣੇ ਬਿਲਕੁਲ ਕੈਮਰੇ ਫੁੱਟ ਸੀਸੀਟੀਵ ਕਰਦੀ ਫੋਟੋ ਸਾਡੇ ਕੋਲ ਜੀ ਉਹ ਬੰਦੇ ਜੀ ਮਤਲਬ ਗੱਡੀ ਉਹ ਸਮਾਨ ਕੱਢ ਰਹੇ ਆ ਕੋਈ ਸਿਰ ਸੁੱਟ ਗਿਆ ਵੀ ਜਿਵੇਂ ਹੋਏਗਾ ਸ਼ਾਇਦ ਉਹਨਾਂ ਨੇ ਕੋਈ ਸਾਰਾ ਕੁਝ ਆਇਆ ਵੀ ਤੁਹਾਨੂੰ ਲੱਗਦਾ ਵੀ ਸਿਰ ਉਹਨਾਂ ਨੇ ਗੱਡੀ 'ਚ ਰੱਖਿਆ ਸੀ ਤੇ ਉਹ ਕਿੱਥੇ ਗਿਆ ਫਿਰ ਸਿਰ ਉਹ ਤਾਂ ਹੁਣ ਉਹੀ ਬੰਦੇ ਜਾਣ ਦੱਸ ਸਕਦੇ ਆ ਹੁਣ ਤੁਸੀਂ ਥਾਣੇ ਕਦੋਂ ਦੇ ਖੜੇ ਹੋ ਇੱਥੇ ਅਸੀਂ ਤਾਂ ਸਵੇਰ ਦੇ ਖੜੇ ਆ ਪੁਲਿਸ ਕਿਉਂ ਨਹੀਂ ਸਾਰੀ ਰਾਤ ਹੋ ਗਈ ਜੀ ਇੱਕ ਵਾਰੇ ਘੁੰਮ ਰਹੇ ਆ ਅੱਛਾ ਪੁਲਿਸ ਨੇ ਰਿਪੋਰਟ ਨਹੀਂ ਦਰਜ ਕੀਤੀ ਪੁਲਿਸ ਰਿਪੋਰਟ ਪੁਲਿਸ ਤਾਂ ਕਰ ਰਹੀ ਹੈ ਕਾਰਵਾਈ ਕੋਈ ਗੱਲ ਨਹੀਂ ਕੋਈ ਪੁਲਿਸਾਂ ਨੂੰ ਨਾ ਵੀ ਨਹੀਂ ਕਰਦੀ ਅੱਛਾ ਲੇਕਿਨ ਇਹ ਵੀ ਹੁਣ ਕਾਰਵਾਈ ਸਾਡੇ ਨਾਲ ਸਾਡੀ ਮਤਲਬ ਜੀ ਮੇਨ ਮੁੱਦਾ ਤਾਂ ਉਹੀ ਹੈ ਸਾਡੀ ਗਰਦਨ ਦਾ ਮੁੰਡੇ ਦੀ ਨਹੀਂ ਮਿਲ ਰਹੀ ਹਾਂ ਕੀ ਮੰਗ ਕੀ ਕਰਦੇ ਮੰਗ ਹੋਈ ਹੈ ਜੀ ਹੁਣ ਇਨਸਾਫ ਹੋਣਾ ਚਾਹੀਦਾ ਜੀ ਪੁਲਿਸ ਵੱਲੋਂ ਕੋਈ ਕਹਿ ਰਹੇ ਬੰਦੇ ਦੇ ਕੰਮ ਕਰਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਗਰਦਨ ਮਿਲੇਗੀ ਸੰਸਕਾਰ ਤੋਂ ਜੋ ਤੇਜ਼ ਰਫ਼ਤਾਰ ਹੈ ਨਸ਼ਾ ਪੀ ਕੇ ਡਰਾਈਵਰੀ ਕਰਨੀ ਕਿਸੇ ਗਰੀਬ ਦਾ ਬੱਚਾ ਮਾਰਨਾ ਜੀ ਇਹ ਕੋਈ ਚੰਗੀ ਗੱਲ ਨਹੀਂ ਹੈ ਰੋਜ਼ ਟੀਵੀ ਦੇ ਉੱਤੇ ਐਡ ਆਉਂਦੀ ਆ ਰੋਜ਼ ਕੁਝ ਹੁੰਦਾ ਜੀ ਰੋਜ਼ ਬੱਚੇ ਮਰ ਰਹੇ ਨੇ ਕਿਉਂ ਇਹ ਰਾਤ ਨੂੰ ਆਪਣਾ ਮਾੜਾ ਜਿਹਾ ਇੱਕ ਸਵਾਦ ਲੈਣ ਦੇ ਮਾਰੇ ਗਰੀਬ ਬੰਦਾ ਮਾਰ ਜਿਹੜਾ ਮੁੰਡਾ ਵਿਆਹ ਹੋਇਆ ਇਹ ਵਿਆਹ ਹੋਇਆ ਜੀ ਇਹਦਾ ਇੱਕ 12 ਸਾਲ ਦਾ ਬੇਟਾ ਜੀ
ਠੀਕ ਹੈ 10 ਸਾਲ ਦੀ ਬੇਟੀ ਹੈ ਜੀ ਦੋ ਬੱਚੇ ਦੋਨੋਂ ਜਵਾਨ ਨੇ ਇਹ ਸੰਸਕਾਰ ਹੁਣ ਸਿਰ ਮਿਲਣ ਤੇ ਕੀਤਾ ਜਾਊਗਾ ਸੰਸਕਾਰ ਇਹਦਾ ਅਸੀਂ ਜੱਜ ਕਰਾਂਗੇ ਜੱਜ ਦਾ ਸਿਰ ਮਿਲੂਗਾ ਜੀ ਸੰਜੀਵ ਕੁਮਾਰ ਜੀ ਸੰਜੀਵ ਜੀ ਕੀ ਮਸਲਾ ਹੋਇਆ ਇਹ ਸਰ ਮੇਰਾ ਬ੍ਰਦਰ ਅੱਜ ਰਾਤ ਫੰਕਸ਼ਨ ਲਾ ਕੇ ਜੀ ਲਾਬਾ ਰੋਡ ਤੇ ਤੋਂ ਜੀ ਜੇਲ ਸੈਕਟਰ ਦੇ ਅੰਦਰ ਫੰਕਸ਼ਨ ਲਾ ਕੇ ਆਉਂਦੇ ਕਾਫੀ ਹੈ ਤੇ ਕਾਫੀ ਦਾ ਸਾਈਕਲ ਤੇ ਆ ਰਹੀ ਰਾਤ 12 ਸਵਾ 12 ਵਜੇ ਤੇ ਉਹਦਾ ਐਕਸੀਡੈਂਟ ਹੋ ਗਿਆ ਜੀ ਉਧਰ ਘੁੰਮੋ ਸਾਨੂੰ ਪਤਾ ਲੱਗਿਆ ਅਸੀਂ ਦੇਖਣ ਗਏ ਜਦੋਂ ਅਸੀਂ ਤਾਂ ਸਾਨੂੰ ਜੇ ਉੱਥੇ ਐਕਸੀ ਅਸੀਂ ਕੱਢ ਕੇ ਬਾਅਦ ਸਕਿਉਰਟੀ ਜਾ ਰਹਾ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਹੋਰ ਕੋਈ ਗੱਡੀ ਆ ਰਹੀ ਹੈ ਜਦੋਂ ਅਸੀਂ ਕਾਫੀ ਬੰਦੇ ਇਕੱਠੇ ਹੋਏ ਤਾਂ ਉਹਨਾਂ ਲੱਭਣ ਲੱਗੇ ਧਾਰ ਸਾਨੂੰ ਅੱਧਾ ਪੌਣਾ ਮਿੰਟ ਉਹਨਾਂ ਧਾਰ ਨੂੰ ਲੱਭੇ ਧਾਰ ਤੁਹਾਨੂੰ ਲੱਭਿਆ ਤੇ ਗਰਦਨ ਵਾਲੇ ਨਾਲ ਹੀ ਲੈ ਗਏ ਗਰਦਨ ਅਸੀਂ ਨਾਲ ਲੈ ਗਏ ਤੇ ਅਸੀਂ ਪੁਲਿਸ ਥਾਣੇ ਜੇ ਪੋਲ ਲਿਖਾਣ ਆਇਆ ਜੀ ਇਹਨਾਂ ਨੇ ਸਾਨੂੰ ਸਵੇਰ ਦਾ ਬਿਠਾ ਰੱਖਿਆ ਕਹਿੰਦੇ ਵੀ ਉਹਨਾਂ ਦੇ ਘਰ ਦੇ ਆ ਰਹੇ ਸਾਨੂੰ ਗੱਡੀ ਮਿਲ ਗਈ ਜੀ ਖਾਸ ਕਰਕੇ ਤੇ ਗੱਡੀ ਵਾਲੇ ਦਾ ਨਾਮ ਨਹੀਂ ਪਤਾ ਲੱਗਿਆ ਜੀ ਉਹਨਾਂ ਦਾ ਨਹੀਂ ਜਿਹੜੇ ਜਿਹੜੇ ਧੜ ਹੈ ਉਹ ਧੜ ਮਿਲਿਆ ਤੇ ਗਰਦਨ ਨਹੀਂ ਮਿਲੀ ਗਰਦਨ ਨਹੀਂ ਮਿਲੀ ਸਿਰ ਨਹੀਂ ਮਿਲਿਆ ਗਰਦਨ ਉਹ ਨਾਲ ਲੈ ਗਏ ਜੀ ਆਪਣੇ ਕੌਣ ਲੈ ਗਿਆ ਜਿਹੜੇ ਮੁੰਡੇ ਸੀ ਜੀ ਤੁਹਾਨੂੰ ਪੁੱਛਾਂਗੇ ਹੈ ਜਿਹੜੇ ਗੱਡੀ ਵਾਲੇ ਸੀ ਉਹ ਨਾਲ ਲੈ ਗਏ ਅੱਛਾ ਗੱਡੀ ਕਿਹਨੇ ਟਰੇਸ ਕੀਤੀ ਹੈ ਪੁਲਿਸ ਨੇ ਕਿ ਤੁਸੀਂ ਨਹੀਂ ਅਸੀਂ ਆਪ ਲਾ ਕੇ ਕੀਤੀ ਹੈ ਜੀ ਕਿਵੇਂ ਲੱਭੀ ਹੈ ਅਸੀਂ ਗੱਡੀ ਦੇ ਜਿਹੜਾ ਤੇਲ ਮੰਗਰਾਇਲ ਤੇ ਫੋਨ ਦੇ ਨਿਸ਼ਾਨਾਂ ਦੇ ਰਾਹੀਂ ਨਾ ਸੀ ਸਾਰੇ ਦੁੱਖਨਵਾ ਰੋਡ ਤੋਂ ਅਸੀਂ ਘੁੰਮ ਕੇ ਮਾਰ ਸੀ ਮੜੀਆਂ ਰੋਡ ਗਏ ਮੜੀਆਂ ਰੋਡ ਤੋਂ ਸਾਰੀ ਗਲੀਆਂ ਛਾਣੀਆਂ ਸੀ ਗਲੀਆਂ ਛਾਣ ਕੇ ਅਸੀਂ ਫਿਰ ਇੱਕ ਪਲਾਟ 'ਚ ਗੱਡੀ ਖੜੀ ਸੀ ਕਿਹੜੀ ਜਗ੍ਹਾ ਖੜੀ ਸੀ ਗੱਡੀ ਹਰਜਿੰਦਰ ਨਗਰ ਹਰਜਿੰਦਰ ਨਗਰ ਹੈ ਜੀ ਅੱਛਾ ਬਣੀਆਂ ਰੋਡ ਸਾਹਮਣੇ ਤੇ ਫਿਰ ਇੱਥੇ ਪੁਲਿਸ ਆਏ ਹੋ ਇੱਥੇ ਕੰਪਲੇਂਟ ਦਰਜ ਨਹੀਂ ਹੋਈ ਸਰ ਸਵੇਰ ਦਾ ਬਿਠਾ ਰੱਖਿਆ ਹੁਣ ਕਹਿੰਦੇ ਕੰਪਲੇਂਟ ਦਰਜ ਕਰ ਰਹੇ ਆ ਤੁਹਾਡਾ ਭਰਾ ਕੰਮ ਕੀ ਕਰਦਾ ਸੀ ਇੱਥੇ ਆ ਕੇ ਪ੍ਰਾਈਵੇਟ ਕੰਮ ਕਰਦਾ ਸਰ ਨਹੀਂ ਇੰਨੀ ਰਾਤ ਨੂੰ ਕਿੱਥੋਂ ਆ ਰਹੇ ਸੀ ਸਰ ਕਾਫੀ ਦਾ ਕੰਮ ਕਰਦਾ ਸੀ ਸੈਂਟਰ ਜੇਲ ਦੇ ਅੰਦਰ ਕੰਮ ਸੀਗਾ ਜੀ ਪਾਲਕੀ ਲਗਾਉਣ ਗਏ ਸੀ ਕਾਫੀ ਦਾ ਕੰਮ ਕਰਕੇ ਵਾਪਸ ਆ ਰਹੇ ਸੀ ਕੀ ਉਮਰ ਸੀ ਤੁਹਾਡੇ ਬ੍ਰਦਰ ਦੀ ਸਰ 42 ਸਾਲ ਕੋਈ ਮਾਮਲਾ ਆ ਕੋਈ ਮਾਮਲਾ ਆ ਕੋਈ ਦੁਸ਼ਮਣ ਲੱਗਦੀ ਪਹਿਲਾਂ ਵੀ ਕੀ ਕਰ ਰਹੇ ਹੋ ਨਹੀਂ ਸਰ ਕੋਈ ਉਹਦਾ ਕੋਈ ਬੰਦੇ ਨੂੰ ਐਪ ਵੀ ਨਹੀਂ ਰਖਿਆ ਕੋਈ ਨਹੀਂ ਸਰ ਐਕਸੀਡੈਂਟ ਹੋਇਆ ਹਾਂਜੀ ਐਕਸੀਡੈਂਟ ਤੇ ਕੰਪਲੇਂਟ ਕਿਉਂ ਨਹੀਂ ਲਿਖ ਰਹੀ ਪੁਲਿਸ ਫਿਰ ਸਰ ਸਵੇਰ ਦਾ ਬਿਠਾ ਰੱਖਿਆ ਸਾਨੂੰ ਕਹਿੰਦੇ ਲਿਖ ਰਹੇ ਸੈਨ ਕਰਾ ਰਹੇ ਤੁਹਾਡੇ ਸੈਨ ਲਿਖੀ ਨਹੀਂ ਪਰ ਕਿਸ ਨਾਲ ਗੱਲ ਹੋਈ ਹੈ ਇੱਥੇ ਸਰ ਰਾਤ 2:30 ਤੋਂ 3 ਵਜੇ ਦੇ ਕਰੀਬ ਦੀ ਗੱਲ ਹੈ ਜੀ ਤੇ ਇੱਕ ਵਿਅਕਤੀ ਸੀ ਜਿਹੜਾ ਉਹ ਨਵਦੀਪ ਕੁਮਾਰ ਫਜ਼ਲਪੁਰੇ ਦਾ ਰਹਿਣ ਵਾਲਾ ਸੀਗਾ ਉਹ ਆਪਣਾ ਕੰਮ ਕਰਕੇ ਵਾਪਸੀ ਕਰਕੇ ਘਰ ਨੂੰ ਆ ਰਿਹਾ ਸੀ ਤੇ ਪਿਛਲੇ ਤੇਜ਼ ਰਫ਼ਤਾਰ ਸਕਾਰਪੀਓ ਚਿੱਟੇ ਰੰਗ ਦੀ ਨੇ ਆ ਕੇ ਉਹਨੂੰ ਐਕਸੀਡੈਂਟ ਕੀਤਾ ਤੇ ਉਸ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਉਸ ਦੇ ਰਿਗਾਰਡਿੰਗ ਅਸੀਂ ਮਾਮਲਾ ਦਰਜ ਕਰ ਰਹੇ ਉਹਦਾ ਧੜ ਨਹੀਂ ਮਿਲਿਆ ਮਤਲਬ ਧੜ ਮਿਲਿਆ ਸਿਰ ਨਹੀਂ ਮਿਲਿਆ ਦੇਖੋ ਜੋ ਤੇਜ਼ ਰਫ਼ਤਾਰ ਨਾਲ ਇੰਨਾ ਜ਼ਿਆਦਾ ਐਕਸੀਡੈਂਟ ਹੋਇਆ ਕਿ ਉਹ ਮੌਕੇ ਤੇ ਜਿਹੜਾ ਉਹਦਾ ਇਕੱਲਾ ਧੜ ਮਿਲਿਆ ਸਿਰ ਨਹੀਂ ਮਿਲਿਆ ਤੇ ਉਹਦੇ ਰਿਗਾਰਡਿੰਗ ਅਸੀਂ ਦੋਸ਼ੀਆਂ ਦੀ ਸ਼ਨਾਖਤ ਕਰ ਲਈ ਹੈ ਜੀ ਜਿਹੜੀ ਗੱਡੀ ਸੀ ਉਹ ਵੀ ਅਸੀਂ ਰਾਊਂਡ ਅਪ ਕਰ ਲਈ ਹੈ ਤੇ ਉਹ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਵੀ ਅਸੀਂ ਬਰਾਮਦ ਕਰਾਂਗੇ ਦੇਖੋ ਸੁਣਨ ਚ ਆ ਰਿਹਾ ਜਦੋਂ ਅਰੈਸਟ ਹੁੰਦਾ ਉਦੋਂ ਹੀ ਉਹਦੇ ਪਾਸਪੋਰਟ ਤੋਂ ਦੇਖ ਕੇ ਦੱਸਿਆ ਜਾ ਸਕਦਾ ਬਾਕੀ ਜੇ ਕੋਈ NRI ਵੀ ਹੈ ਤੇ ਉਹਨੂੰ ਵੀ ਕੋਈ ਕਾਨੂੰਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਹੈ ਜੀ ਜਿੰਨੇ ਵੀ ਕਿਸੇ ਨੇ ਕੀਤਾ ਉਹਨੂੰ ਅਸੀਂ ਬਣਦੀ ਸਜ਼ਾ ਪਾਵਾਂਗੇ ਕਾਰਨ ਕੀ ਹੈ ਵੀ ਤੇਜ਼ ਰਫ਼ਤਾਰ ਸੀ ਗੱਡੀ ਐਕਸੀਡੈਂਟ ਦਾ ਮੇਨ ਕਾਰਨ ਦੇਖੋ ਜੀ ਉੱਥੇ ਮੌਕੇ ਤੋਂ ਅਸੀਂ CCTV ਫੁਟੇਜ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਨਹੀਂ ਮਿਲੀ ਉਹ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋ ਸਕਦਾ ਪਰੰਤੂ ਜਿਹੜਾ ਮਦਈ ਹੈ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਉਹ ਗੱਡੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਪਰਿਵਾਰ ਦਾ ਕਹਿਣਾ ਕਿ ਅਸੀਂ ਬੈਠੇ ਹਾਂ ਸਵੇਰ ਦੇ ਅੱਜ ਰਾਤ ਦੇ 1 ਵਜੇ ਦੇ ਪਰ ਜਿਹੜੀ FIR ਦਰਜ ਨਹੀਂ ਹੋਈ ਨਹੀਂ ਦੇਖੋ ਜੀ ਇਹਦੇ 'ਚ ਸਮਾਂ ਲੱਗਿਆ ਜੀ ਕਿਉਂਕਿ ਪਹਿਲਾਂ ਗੱਡੀ ਆਈਡੈਂਟੀਫਾਈ ਕਰਨੀ ਜ਼ਰੂਰੀ ਸੀ ਜੀ ਇਹ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਸ਼ਲਾਘਾ ਜੋ ਕਦਮ ਕੀਤਾ ਉਹਨਾਂ ਨੇ ਗੱਡੀ ਜਿਹੜੀ ਬੜੀ ਜਲਦੀ ਆਈਡੈਂਟੀਫਾਈ ਕੀਤੀ ਹੈ ਐਕਚੁਅਲ ਗੱਡੀ ਮਿਲ ਗਈ ਹੈ ਜੀ ਗੱਡੀ ਦੇ ਵਿੱਚੋਂ ਗੱਡੀ ਦੇ ਮਾਲਕ ਨੰਬਰ ਪਲੇਟ ਟੁੱਟੀ ਹੋਈ ਸੀਗੀ ਫਿਰ ਵੀ 86 ਨੰਬਰ ਤੋਂ ਅਸੀਂ ਨੰਬਰ ਟਰੇਸ ਕਰ ਘਰ ਟਰੇਸ ਕਰ ਲਿਆ ਜੀ ਬੰਦੇ ਦਾ ਪਤਾ ਲੱਗ ਗਿਆ ਬਾਏ ਨੇਮ ਅਸੀਂ FIR ਦਰਜ ਕਰ ਰਹੇ ਹਾਂ ਜੀ ਇਸ ਕਰਕੇ ਦੇਰੀ ਹੋਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਗੱਡੀ ਉਹਨਾਂ ਨੇ ਲੱਭੀ ਹੈ ਕਿਉਂਕਿ ਉਹ ਸਵੇਰੇ ਜਦੋਂ ਫਿਰ ਦੌਰਾ ਘਟਨਾ ਵਾਲੀ ਜਗ੍ਹਾ ਤੇ ਜਾਂਦੇ ਆ ਉੱਥੇ ਬਲੱਡ ਦੇ ਜਿਹੜੇ ਨਿਸ਼ਾਨ ਆ ਜਾਂ ਮੋਬਾਈਲ ਜਿਹੜਾ ਮੋਬਾਈਲ ਵੀ ਰਿਹਾ ਉਹਦੇ ਆਧਾਰ ਤੇ ਉਹ ਉੱਥੇ ਤੱਕ ਗੱਡੀ ਤੱਕ ਪਹੁੰਚੇ ਦੇਖੋ ਜਦੋਂ ਗੱਡੀ ਬਰਾਮਦ ਹੋਈ ਉੱਥੇ ਮੈਂ ਵੀ ਹਾਜ਼ਰ ਸੀ ਜੀ ਰਾਤ ਨੂੰ ਜਦੋਂ ਡੈੱਡ ਬਾਡੀ ਚਕਾਈ ਗਿਆ ਮੇਰਾ ਥਾਣੇਦਾਰ ਲਖਵੀਰ ਸਿੰਘ ਉੱਥੇ ਹਾਜ਼ਰ ਸੀਗਾ ਜੀ ਇਸ ਰਿਗਾਰਡਿੰਗ ਪੁਲਿਸ ਪਾਰਟੀ ਵੱਲੋਂ ਕੋਈ ਢਿੱਲਮੱਠ ਨਹੀਂ ਕੀਤੀ ਗਈ ਰੇਡ ਕੀਤੀ ਗਈ ਹੈ ਜੀ ਬੰਦਿਆਂ ਨੂੰ ਅਰੈਸਟ ਵੀ ਛੇਤੀ ਕਰ ਲਿਆ ਜਾਵੇ ਗੱਡੀ 'ਚ ਕਿੰਨੇ ਬੰਦੇ ਸੀ ਦੇਖੋ ਜੀ ਗੱਡੀ ਦੇ ਵਿੱਚ ਜੋ ਸਾਡੀ ਅਜੇ ਤੱਕ CCTV ਫੁਟੇਜ ਮੁਤਾਬਕ 2 ਤੋਂ 3 ਮੁਲਾਜ਼ਮ ਬੰਦੇ ਸੀਗੇ ਜੀ ਬਾਕੀ ਇਹ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਕਿੰਨੇ ਬੰਦੇ ਸੀਗੇ ਡਰਾਈਵਿੰਗ ਕਰਨ ਦਾ ਪਤਾ ਲੱਗਿਆ ਕੌਣ ਸੀ ਸੁਖਮਨ ਸਿੰਘ ਨਾਮ ਦਾ ਬੰਦਾ ਜਿਹੜਾ ਸੀ ਗੱਡੀ ਚਲਾ ਰਿਹਾ ਸੀਗਾ ਜੀ ਨੌਜਵਾਨ ਵਿਅਕਤੀ ਹੈ
संजीव कुमार परिवार उड़ीक च भी कदों उसका सिर मिले गला धड़ मिले तो उस बाद संस्कार हो पाएगा। बिल्कुल जी असं इस गल के लिए असं भी दोषियों की गिरफ्तारी तो बाद जो सिर के रिगार्डिंग जो भी है उस तो बाद एनालिसिस करके दसा जाएगा भी मौत का कारण की है। सीसीटीवी फुटेज की तुम गल कर रहे हो रोड तो एसएसपी का दफ्तर भी है मिनी सेक्रेटरी भी है उधर तो कोई कैमरा उत्ते लगे जिथे एक्सीडेंट हुआ उत्थे नहीं है जी उस तो अगे तो पिछे है उन्होंने मदद न ही इस गड्डी की ट्रेस करता कामयाब है। बाबा सुल्तान जी गोल्ड मेडलिस्ट तुहाडे शहर विच पहली बार अद्भुत शक्ति चमत्कार देखो देश विदेश च बैठे सानू व्हाट्सएप उत्ते भी कॉल कर सकते ने घर बैठे 11 मिनटां विच 101 फीसदी गारंटी नाल समाधान वशीकरण अते मुठ करनी दे माहर सब तो पहला काम करन दा वादा नौकरी प्रमोशन कारोबार विच परेशानी घर च झगड़ा बरकत औलाद कहने तो बाहर होना कोर्ट केस तलाक प्रॉपर्टी डिस्प्यूट गुप्त रोग पुराना दर्द पति पत्नी विच अणबन जादू टूना मनमोहनी वशीकरण करवाना या तुड़वाना सौतन दुश्मन तो छुटकारा सदा ले रुसे नू मनाउना प्यार मुहब्बत बाबा सुल्तान जी 87913 88830